ਹੈਲੋ ਐਂਡ ਵੈਲਕਮ ਟੂ ਅ ਰੇਸ ਅਕੈਡਮੀ ਅਫੀਸ਼ੀਅਲ ਸਤ ਸ੍ਰੀ ਅਕਾਲ ਸਾਰਿਆਂ ਨੂੰ ਵਸਤੇ ਅਦਾਬ ਸੋ ਮੈਥ ਦਾ ਲਾਈਵ ਕੋਰਸ ਬਹੁਤ سارے ਸਟੂਡੈਂਟ ਆਲਰੇਡੀ ਮੇਰੇ ਕੋਲੇ ਮੈਥ ਪੜ ਚੁੱਕੇ ਆ ਬਟ ਉਹ ਕਲਾਸਾਂ ਸੀਗੀਆਂ ਰਿਕਾਰਡਡ ਬਹੁਤ ਸਾਰੀ ਡਿਮਾਂਡ ਕਰਦੇ ਕਿ ਸਾਰੇ ਲਾਈਵ ਪੜਾਓ ਕਿਉਂਕਿ ਤੁਸੀਂ ਲਾਈਵ ਡਾਊਟ ਵੀ ਪੁੱਛ ਸਕਦੇ ਹੋ ਕੋਈ ਨਾ ਕੋਈ ਕੁਐਸਚਨ ਵੀ ਹੋ ਸਕਦਾ ਤੁਹਾਡੇ ਕੋਲੇ ਯਾਨੀ ਜੋ ਮਰਜ਼ੀ ਪੁੱਛ ਲਓ ਲਾਈਵ ਦੇ ਵਿੱਚ ਰਾਈਟ ਐਂਡ ਉਹ ਲਾਈਵ ਕਿੱਥੇ ਰਹੂਗਾ ਆਪਣੀ ਐਪਲੀਕੇਸ਼ਨ ਤੇ ਐਪਲੀਕੇਸ਼ਨ ਤੁਸੀਂ ਸਾਰਿਆਂ ਨੇ ਇੰਸਟਾਲ ਕਰ ਰੱਖੀ ਹੋਣੀ ਆ ਜੇਕਰ ਨਹੀਂ ਕੀਤੀ ਤਾਂ ਕਰ ਲੈਣੀ ਹੈ ਰਾਈਟ ਤੇ ਤਾਂ ਉਹਦੇ ਉੱਪਰ ਮੈਂ ਡਿਟੇਲ ਦੱਸ ਦੂੰਗਾ ਪਹਿਲਾਂ ਲਾਈਵ ਕੋਰਸ ਦੀ ਡਿਟੇਲ ਆਪਾਂ ਕਰੀਏ ਵੀ ਇਹ ਲਾਈਵ ਕੋਰਸ ਹੈ ਕਿਸ ਪਿੱਛੇ ਫਾਰ 올 ਪੰਜਾਬ एग्जाम 올 ਪੰਜਾਬ एग्जाम ਦਾ ਮਤਲਬ ਕੀ ਹੈ ਹੁਣ ਕਿਹੜੇ-ਕਿਹੜੇ एग्जाम ਇਹਦੇ ਵਿੱਚ ਕਵਰ ਹੁੰਦੇ ਆ ਪਹਿਲੀ ਗੱਲ ਤਾਂ ਜਦੋਂ ਪੰਜਾਬ ਦੀ ਗੱਲ ਕਰ ਲਈ ਤਾਂ ਪੰਜਾਬ ਤਾਂ ਕਵਰ ਹੋ ਹੀ ਗਿਆ ਸੈਂਟਰ ਲੈਵਲ ਦੇ ਵਿੱਚ ਭਾਵੇਂ ਤੁਸੀਂ ਸੀਜੀਐਲ ਦੇ ਵਿੱਚ ਜਾ ਕੇ ਬਹਿ ਜਾਓ ਤੁਹਾਨੂੰ ਇਹ ਬੈਨੀਫਿਟ ਕਰੂਗਾ ਹੀ ਕਰੂਗਾ ਯਾਨੀ ਇਹਦੇ ਵਿੱਚ ਆਪਾਂ ਪੂਰਾ ਜਿਹੜਾ ਕੰਪਲੀਟ ਮੈਥ ਹੈ ਉਹ ਪੂਰਾ ਪੜਾਂਗੇ ਰਾਈਟ ਚਾਹੇ ਫਿਰ ਉਹ ਅਰਿਥਮੈਟਿਕ ਪੋਰਸ਼ਨ ਆ ਤੁਹਾਡਾ ਰਾਈਟ ਤੇ ਜਾਂ ਫਿਰ ਐਡਵਾਂਸ ਹੋ ਗਿਆ ਹਾਲਾਂਕਿ ਪੰਜਾਬ ਦੇ ਵਿੱਚ ਐਡਵਾਂਸ ਦਾ ਇੰਨਾ ਜ਼ਿਆਦਾ ਪੋਰਸ਼ਨ ਆਉਂਦਾ ਨਹੀਂ ਪਰ ਜਿਹੜਾ ਆਉਂਦਾ ਉਹਦੇ ਵਿੱਚ ਜਵਾਬ ਕੁਝ ਜਾਂਦੇ ਆ ਸੋ ਆਪਾਂ ਅਰਿਥਮੈਟਿਕ ਦੇ ਨਾਲ ਨਾਲ ਐਡਵਾਂਸ ਵੀ ਕਰਾਂਗੇ ਰਾਈਟ ਸੋ ਬਾਕੀ ਤੁਹਾਨੂੰ ਜਿਵੇਂ ਮੈਂ ਪੜ੍ਹਾ ਰੱਖਿਆ ਤੁਹਾਨੂੰ ਪਤਾ ਕਿ ਜ਼ਿਆਦਾ ਆਪਣਾ ਜਿਹੜਾ ਰਹੂਗਾ ਉਹ ਐਮਸੀਕਿਊਸ ਤੇ ਜ਼ਿਆਦਾ ਫੋਕਸ ਰਹੂਗਾ ਯਾਨੀ ਪ੍ਰੈਕਟਿਸ ਤੇ ਜ਼ਿਆਦਾ ਆਪਣਾ ਫੋਕਸ ਰਹੂਗਾ ਮੈਥ ਨੂੰ ਕਰ ਹਰੇਕ ਕੋਈ ਲੈਂਦਾ ਪਹਿਲਾਂ 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 ਤਾਂ ਆਪਾਂ ਪੂਰੀ ਡਿਟੇਲ ਦੇ ਵਿੱਚ ਮੈਥ ਕਰਨੀ ਕਰਨਾ ਜੇਕਰ ਫੋਰ ਐਗਜ਼ਾਮਪਲ ਪ੍ਰੋਫਿਟ ਐਂਡ ਲਾਸ ਪਰਸੈਂਟੇਜ ਕੋਈ ਵੀ ਚੈਪਟਰ ਸਟਾਰਟ ਹੁੰਦਾ ਤਾਂ ਉਸ ਚੈਪਟਰ ਦੀ ਕੱਲੀ ਕੱਲੀ ਟਾਈਪ ਟਾਈਪ 1 ਟਾਈਪ 2 ਟਾਈਪ 3 ਟਾਈਪ 4 ਜਿੰਨੇ ਵੀ ਟਾਈਪਸ ਬਣਦੀਆਂ ਪਹਿਲਾਂ ਉਹਨਾਂ ਸਾਰੀਆਂ ਟਾਈਪਸ ਨੂੰ ਕਰਨਾਗਾ ਉਹਨਾਂ ਟਾਈਪਸ ਨੂੰ ਕਰਨ ਤੋਂ ਬਾਅਦ ਫਿਰ ਆਪਾਂ ਉਹਨਾਂ ਤੇ ਪ੍ਰੈਕਟਿਸ ਕਰਾਂਗੇ ਜਿਵੇਂ ਮਿਕਸ ਹੋ ਕੇ ਕੁਐਸਚਨ ਆ ਜਾਂਦੇ ਐਂਡ ਯਕੀਨ ਮੰਨੋ ਕਿ ਇਹ ਜ਼ੀਰੋ ਟੂ ਹੀਰੋ ਲੈਵਲ ਹੈ ਯਾਨੀ ਕਿ ਤੁਸੀਂ ਇਹ ਮੰਨ ਲਓ ਵੀ ਜਿਹਨੂੰ 2 2 ਵੀ ਨਹੀਂ ਆਉਂਦਾ ਉਹ ਵੀ ਇਸ ਬੈਚ ਦੇ ਵਿੱਚ ਆਊਗਾ ਐਂਡ ਬਿਲਕੁਲ ਮੈਥ ਆਪਣਾ ਇੰਨਾ ਜ਼ਿਆਦਾ ਸਟਰੋਂਗ ਕਰਕੇ ਜਾਊਗਾ ਤੁਸੀਂ ਪਿਛਲੇ ਪੇਪਰ ਜਿੰਨੇ ਵੀ ਚੈੱਕ ਕਰ ਲਓ ਜਿਹੜੇ ਚੌਕ ਕੋਆਪਰੇਟਿਵ ਇਨਸਪੈਕਟਰ ਆ ਪਟਵਾਰੀ ਪ੍ਰੀ ਆ ਮੇਨ ਦਾ ਐ ਜਾ ਜਿੰਨੇ ਵੀ ਐਸਆਈ ਦੇ ਪੇਪਰ ਹੋਇਆ ਕੌਨਸਟੇਬਲ ਹੈ ਹੈਡ ਕੌਨਸਟੇਬਲ ਹੈ ਜਿੰਨੇ ਵੀ ਪੇਪਰ ਹੋਇਆ ਮੈਂ ਸਾਰਿਆਂ ਦਾ ਮੈਥ ਸੋਲਵ ਕਰਵਾ ਰੱਖਿਆ ਐਂਡ ਜਦੋਂ ਸੋਲਵ ਕਰਵਾਇਆ ਮੈਂ ਦੱਸਿਆ ਵੀ ਆ ਕਿ ਭਾਈ ਇਹੇ ਕੁਐਸਚਨ ਮੈਂ ਇੱਥੇ ਕਰਾਇਆ ਹੋਇਆ ਯਾਨੀ ਇੱਕ ਵੀ ਕੁਐਸਚਨ ਤੁਸੀਂ ਇਹ ਕਹਿ ਹੀ ਨਹੀਂ ਸਕਦੇ ਚਾਹੇ ਪੀਐਸਪੀ ਸੀ ਲਾ ਚਾਹੇ ਪੀਐਸਟੀਸੀ ਲਾ ਸਾਰੇ ਪੇਪਰ ਮੈਂ ਕਰਵਾ ਰੱਖਿਆ ਯਾਨੀ ਸੋਲਵ ਕਰਵਾ ਰੱਖਿਆ ਦੱਸਿਆ ਹੋਇਆ ਕਿ ਇਹ ਆਪਾਂ ਕਿਵੇਂ ਕਿਵੇਂ ਪੜ ਰੱਖਿਆ ਐਂਡ ਕਿਵੇਂ ਕਿਵੇਂ ਤੁਸੀਂ ਉਹਨਾਂ ਨੂੰ ਸੋਲਵ ਕਰਨਾ ਸੋ ਜੇਕਰ 100% ਪਹਿਲਾ 2021 ਦੇ ਵਿੱਚ ਆ ਆ ਚੁੱਕਿਆ ਸਾਰਾ ਕੁਝ ਤਾਂ 2022 ਦੇ ਵਿੱਚ ਵੀ ਆਊਗਾ ਐਂਡ ਜੇਕਰ ਤੁਸੀਂ ਪਿਛਲੇ 10 ਸਾਲਾਂ ਦਾ ਰਿਕਾਰਡ ਚੱਕ ਲਓ ਮੈਥ ਕਦੇ ਚੇਂਜ ਹੋਇਆ ਹੀ ਨਹੀਂ ਸੋ 7-8 ਸਾਲ ਦਾ ਆਲਰੇਡੀ ਮੈਂ ਪੜਾ ਰਿਹਾਗਾ ਆਬੀਅਸ ਗੱਲ ਆ ਯਾਨੀ ਕਿ ਐਕਸਪੀਰੀਅੰਸ ਐਕਸਪੀਰੀਅੰਸ ਸਾਤਾ ਫਿਰ ਕੁਐਸਚਨ ਆਪਣਾ ਕੋਈ ਵੀ ਮਰੂਗਾ ਨਹੀਂ ਰਾਈਟ ਹੁਣ ਤੁਹਾਨੂੰ ਇਹਦੇ ਵਿੱਚ ਮੈਂ ਇੱਕ ਇੱਕ ਬੜੀ ਯਾਨੀ ਕੈਂਟ ਚ ਜ ਦੱਸਣ ਵਾਲਾਗਾ ਤੁਹਾਨੂੰ ਬਹੁਤ ਤੁਸੀਂ ਲਾਈਕ ਕਰੋਗੇ ਇੱਕ ਤਾਂ ਓਬਵੀਅਸ ਗੱਲ ਹੈ ਮੈਂ ਲਾਈਵ ਕੋਰਸ ਦੀ ਹੀ ਗੱਲ ਕਰ ਰਿਹਾਗਾ ਲਾਈਵ ਕੋਰਸ ਦੇ ਨਾਲ ਨਾਲ ਆਫਲਾਈਨ ਕਲਾਸਿਸ ਵੀ ਸਟਾਰਟ ਹੈ ਜੇਕਰ ਤੁਸੀਂ ਬਠਿੰਡਾ ਆ ਸਕਦੇ ਹੋ ਤਾਂ ਬਠਿੰਡਾ ਆਓ ਰਾਈਟ ਹੈ ਤੁਹਾਨੂੰ ਯਾਨੀ ਆਪਣੀ ਜਗ੍ਹਾ ਤੇ ਮੈਂ ਬਠਿੰਡੇ ਯਾਨੀ ਕਿ ਜਿਹੜਾ ਹੈਗਾ ਆਫਲਾਈਨ ਪੜ੍ਹਾਉਂਗਾ ਰਾਈਟ ਇੱਕ ਮੈਂ ਮਾਰਨਿੰਗ ਬੈਚ ਸੋਚ ਰਿਹਾਗਾ ਕਿ ਮਾਰਨਿੰਗ ਬੈਚ ਦੇ ਵਿੱਚ ਬੱਚੇ ਆ ਜਾਣ ਰਾਈਟ ਤੇ ਕਈ ਐਸੇ ਬੱਚੇ ਜਿਹੜੇ ਪ੍ਰਾਈਵੇਟ ਕਿਤੇ ਜੋਬ ਕਰਦੇ ਆ ਯਾਨੀ ਇੱਕ ਈਵਨਿੰਗ ਬੈਚ ਹੋਊਗਾ ਰਾਈਟ ਇਹ ਇਹਨਾਂ ਦੀ ਟਾਈਮਿੰਗ ਕੀ ਹੋਊਗੀ ਕੀ ਗੱਲ ਬਾਤ ਆ ਉਹ ਡਿਪੈਂਡ ਕਰੂਗਾ ਤੁਹਾਡੀ ਰਜਿਸਟ੍ਰੇਸ਼ਨ ਤੇ ਜੇਕਰ ਤੁਸੀਂ ਆਫਲਾਈਨ ਦੇ ਵਿੱਚ ਆਉਣਾ ਚਾਹੁੰਦੇ ਹੋ ਤਾਂ ਤੁਸੀਂ ਆਪਣਾ ਨਾਮ ਆਪਣਾ ਕੰਟੈਕਟ ਐਂਡ ਕਿਸ ਕੋਰਸ ਬਾਰੇ ਯਾਨੀ ਉੱਥੇ ਤੁਸੀਂ ਮੈਰਥ ਲਾਈਵ ਕੋਰਸ ਲਿਖੋਗੇ ਐਂਡ ਜੋ ਵੀ ਤੁਹਾਡਾ ਯਾਨੀ ਐਡਰੈਸ ਹੈ ਉਹ ਤੁਸੀਂ ਆਪਣਾ ਲਿਖ ਕੇ ਮੈਨੂੰ ਮੇਰੇ ਨੰਬਰ ਤੇ ਭੇਜ ਦਿਓ ਮੇਰਾ ਨੰਬਰ ਹੈਗਾ 7986906566 ਏ ਮੇਰੇ ਨੰਬਰ ਤੇ ਤੁਸੀਂ ਮੈਨੂੰ ਵਟਸਐਪ ਕਰ ਦਿਓ ਜੇਕਰ ਤੁਸੀਂ ਆਫਲਾਈਨ ਪੜਨਾ ਚਾਹੁੰਦੇ ਹੋ ਆਫਲਾਈਨ ਦੇ ਵਿੱਚ ਵੀ ਆਪਾਂ ਬਿਲਕੁਲ ਡਿਟੇਲ ਦੇ ਵਿੱਚ ਇਕੱਲੇ ਇਕੱਲੇ ਪ੍ਰੋਪਰ ਤਰੀਕੇ ਦੇ ਨਾਲ ਨੋਟਸ ਨੋਟਸ ਬਣ ਗਏ ਯਾਨੀ ਕਿ ਤੁਸੀਂ ਐ ਮੰਨੋ ਵੀ ਤੁਸੀਂ ਅੱਜ ਤੋਂ ਪਹਿਲਾਂ ਐਵੇਂ ਮੈਥ ਪੜਿਆ ਹੋਣਾ ਹੀ ਨਹੀਂ ਕਿਉਂਕਿ ਮੈਨੂੰ ਪਤਾ ਕਿ ਆਪਣੇ ਪੰਜਾਬ ਦੇ ਵਿੱਚ ਮੈਥ ਨੂੰ ਬੜਾ ਹਲਕਾ ਲਿਆ ਜਾਂਦਾ ਪਰ ਤੁਸੀਂ ਯਕੀਨ ਮੰਨੋ ਕਿ ਜੇਕਰ ਮੈਥ ਦੇ 30 ਕੁਐਸਚਨ ਆਉਦੇ ਤਾਂ ਤਿਆਂ ਦੇ ਵਿੱਚੋਂ 30 ਆ ਸਕਦੇ ਨੇ ਐਂਡ ਉਹ ਨੰਬਰ ਕਿਵੇਂ ਆਉਣਗੇ ਉਹ ਤੁਹਾਨੂੰ ਮੈਂ ਦੱਸੂਗਾ ਰਾਈਟ ਇੱਕ ਸਭ ਤੋਂ ਵੱਡੀ ਜਾਣਕਾਰੀ ਜਿਵੇਂ ਫਾਰ ਇਗਜ਼ਾਮਪਲ ਤੁਹਾਨੂੰ ਮੈਂ ਅਰਿਥਮੈਟਿਕ ਦੀ ਗੱਲ ਕੀਤੀ ਹੈ ਹੁਣ ਤੁਹਾਡੇ ਸਾਹਮਣੇ ਇੱਕ ਸਰਪ੍ਰਾਈਜ਼ ਹੈ ਉਹ ਤੁਹਾਨੂੰ ਮੈਂ ਜਿਹੜਾ ਦੱਸਣ ਜਾ ਰਿਹਾ ਹਾਂਗਾ ਇੱਕ ਮੇਰੇ ਮਿੱਤਰ ਹੈ ਅਸੀਂ ਇਕੱਠੇ ਹੀ ਤਿਆਰੀ ਕਰਦੇ ਹੁੰਦੇ ਸੀ ਜਿਹਨਾਂ ਦਾ ਨਾਮ ਹਰਸ਼ ਹੈ ਠੀਕ ਹੈ ਉਹਨਾਂ ਨੂੰ ਮੈਂ ਆਈ ਮੜਾ ਆ ਤੇ ਉਹਨਾਂ ਨੂੰ ਮਿਲਾਉਣਾ ਮੈਂ ਇੱਕ ਵਾਰ ਸਾਇਲੈਂਟ ਕਰਦੇ ਹਰਸ਼ ਤੋਂ ਇਹਨਾਂ ਦੀ ਖੁਦ ਸਿਲੈਕਸ਼ਨ ਵੀ ਹੋ ਚੁੱਕੀ ਆ ਐਂਡ ਸਿਲੈਕਸ਼ਨ ਇੱਕ ਵਾਰ ਨਹੀਂ ਬਹੁਤ ਵਾਰੀ ਹੋ ਚੁੱਕਿਆ 2016 ਤੋਂ ਲੈ ਕੇ 2020 ਤੱਕ ਹੁਣ ਤੱਕ ਸੀਜੀਐਲ ਐਂ ਕਹੋ ਵੀ ਤੁਸੀਂ ਸੀਜੀਐਲ ਦੇ ਜਿਹੜੇ ਮਾਸਟਰ ਨਹੀਂ ਦੇਖਦੇ ਉਹਦੇ ਵਿੱਚ ਉਹਨਾਂ ਨੂੰ ਪਤਾ ਹੁੰਦਾ ਵੀ ਸੀਜੀਐਲ ਦੇ ਵਿੱਚ ਕੀ ਆਊਗਾ ਯਾਨੀ ਜੇਕਰ 200 ਕੁਐਸਚਨਾਂ ਦਾ 200 ਚ 200 ਈਵਨ ਕਿ 225 ਹੁਣ ਤਾਂ ਨਾਰਮਲਾਈਜੇਸ਼ਨ ਵੀ ਆ ਰਾਈਟ ਐ ਸੋ ਕਹਿਣ ਦਾ ਮਤਲਬ ਕੀ ਆ ਕਿ ਐਨੇ ਕ ਵਧੀਆ ਤਰੀਕੇ ਦੇ ਨਾਲ ਮੈਂ ਤੁਹਾਡਾ ਹੋ ਜਾਣਾ ਵੀ ਕੁਐਸਚਨ ਰੁਕਣਾ ਕਿ ਤੁਹਾਡੇ ਅੱਗੇ ਭੱਜਿਆ ਕਰੋ ਵੀ ਹਾਂ ਮੈਂ ਐਵੇਂ ਸੋਲਵ ਹੋਣਾ ਤੁਹਾਨੂੰ ਕੁਐਸਚਨ ਆਪ ਗੱਲਾਂ ਕਰੂਗਾ ਐਂਡ ਬਲੀਵ ਮੀ ਇਹਨਾਂ ਨੇ ਵੀ ਮੈਥ ਜਿਵੇਂ ਅਸੀਂ ਇਕੱਠਿਆਂ ਨੇ ਪੜਿਆ ਤਾਂ ਤੁਸੀਂ ਐ ਮੰਨੋ ਵੀ 99% ਜਿਹੜਾ ਮੈਥ ਆਉਂਦਾ ਆਊਟ ਫਾਰਮੂਲਾ ਕੋਈ ਫਾਰਮੂਲਾ ਯਾਦ ਕਰਨ ਦੀ ਲੋੜ ਨਹੀਂ ਫਾਰਮੂਲਾ ਨਿਕਲ ਕੇ ਆਪਣੇ ਆਪ ਤੁਹਾਡੇ ਸਾਹਮਣੇ ਆਊਗਾ ਜਦੋਂ ਕਨਸੈਪਟ ਬੇਸ ਸਮਝ ਰੱਖਿਆ ਹੋਊਗਾ ਰਾਈਟ ਐਂਡ ਜਿਹੜਾ 1-2% ਫਾਰਮੂਲਾ ਹੁੰਦਾ ਵੀ ਆ ਉਹ ਵੀ ਕਨਸੈਪਟ ਦੇ ਨਾਲ ਹੀ ਜੁੜਿਆ ਹੋਊਗਾ ਯਾਨੀ ਰੱਟਾ ਫਿਕੇਸ਼ਨ ਘੱਟ ਤੇ ਕਨਸੈਪਟ ਤੇ ਜ਼ਿਆਦਾ ਜ਼ੋਰ ਦੇਣਾ ਐਂਡ ਜਦੋਂ 2016 2017 2018 19 20 ਐਨੇ ਪੇਪਰ ਕਰੈਕ ਕਰ ਰੱਖਿਆ ਤਾਂ ਆਬਵੀਅਸ ਗੱਲ ਹੈ ਕੋਈ ਨਾ ਕੋਈ ਦਮ ਹੋਊਗਾ ਹੀ ਹੋਊਗਾ ਰਾਈਟ ਸੋ ਆਬਵੀਅਸ ਗੱਲ ਹੈ ਸੋ ਜੇਕਰ ਐਨੇ ਟਾਈਮ ਦੇ ਅਸੀਂ ਕਰਵਾ ਰਹੇ ਆ ਐਂਡ ਆਲਰੇਡੀ ਇਹ ਯਾਨੀ ਆਲਰੇਡੀ ਗਵਰਨਮੈਂਟ ਜੌਬ ਤੇ ਆ ਬਟ ਹਾਂ ਠੀਕ ਹੈ ਹੁਣ ਮੈਂ ਕੁਛ ਨਾ ਕੁਛ ਇਹਨਾਂ ਨੂੰ ਪੋਰਸ਼ਨ ਦਊਂਗਾ ਜਿਵੇਂ ਐਡਵਾਂਸ ਦਾ ਕੁਛ ਨਾ ਕੁਛ ਪੋਰਸ਼ਨ ਹੋ ਗਿਆ ਕਿ ਸਰ ਤੁਸੀਂ ਕਰਵਾਓ ਐਂਡ ਥੋੜਾ ਥੋੜਾ ਆਪਣਾ ਟਾਈਮ ਕੱਢ ਕੇ ਪੜਾਉਣਗੇ ਬਟ ਹਾਂ ਜਿਆਦਾ ਟਾਈਮ ਤੁਹਾਨੂੰ ਪਤਾ ਕਿ ਆਫਲਾਈਨ ਦੇ ਵਿੱਚ ਬਠਿੰਡੇ ਤਾਂ ਅਵੇਲੇਬਲ ਰਹਿਣਗੇ ਰਹਿਣਗੇ ਰਾਈਟ ਐਂਡ ਜੋ ਜੋ ਵੀ ਟਾਈਮ ਹੋਏਗਾ ਤੁਹਾਡੇ ਨਾਲ ਮੈਂ ਸ਼ੇਅਰ ਕਰ ਦੂੰਗਾ ਬਾਕੀ ਲਾਈਵ ਕਲਾਸਿਸ ਦੇ ਵਿੱਚ ਵੀ ਚਾਹੇ ਤੁਹਾਡੇ ਡਾਊਟ ਸੈਸ਼ਨ ਹੋਣਗੇ ਚਾਹੇ ਪ੍ਰੈਕਟਿਸ MCQ ਹੋਣਗੇ ਚਾਹੇ ਐਡਵਾਂਸ ਦਾ ਕੁਝ ਪੋਰਸ਼ਨ ਹੋ ਗਿਆ ਹਾਈਟ ਐਂਡ ਡਿਸਟੈਂਸ ਹੋ ਗਿਆ ਅਲਜੇਬਰਾ ਹੋ ਗਿਆ ਮੈਂਸੂਰੇਸ਼ਨ ਜੀਓਮੈਟਰੀ ਯਾਨੀ ਕੁਝ ਨਾ ਕੁਝ ਪੋਰਸ਼ਨ ਤੁਹਾਨੂੰ ਇਹ ਕਰਵਾਉਣਗੇ ਹੀ ਕਰਵਾਉਣਗੇ ਬਾਕੀ ਸਰ ਦੀ ਥੋੜੀ ਬਹੁਤ ਗੱਲ ਸੁਣ ਲਓ ਯਾਨੀ ਆਪਣੇ ਵਾਰ ਤੁਹਾਨੂੰ ਦੱਸ ਦੇਣਗੇ ਜੋ ਮੈਂ ਦੱਸ ਹੀ ਦਿੱਤਾ ਆਲਰੇਡੀ ਫਿਰ ਵੀ ਇਹਨਾਂ ਦੀ ਆਵਾਜ਼ 'ਚ ਸੁਣ ਲਓ ਤੇ ਬਾਕੀ ਉਸ ਤੋਂ ਬਾਅਦ ਜੋ ਇਸ ਕੋਰਸ ਦੀਆਂ ਡਿਟੇਲਾਂ ਹੋਣਗੀਆਂ ਪਹਿਲਾਂ ਆਫਲਾਈਨ ਵਾਸਤੇ ਤੁਹਾਨੂੰ ਮੈਂ ਨੰਬਰ ਦੱਸ ਹੀ ਦਿੱਤਾ ਕਿ 7986906566 ਇਸ ਤੇ ਮੈਨੂੰ ਆਪਣੀ ਡਿਟੇਲ ਤੁਸੀਂ ਭੇਜ ਸਕਦੇ ਹੋ ਬਾਕੀ ਐਪਲੀਕੇਸ਼ਨ ਇੰਸਟਾਲ ਕਰੋ ਆਪਣੀ ਰੇਸ ਅਕੈਡਮੀ ਅਫੀਸ਼ੀਅਲ ਰਾਈਟ ਆ ਰੇਸ ਅਕੈਡਮੀ ਅਫੀਸ਼ੀਅਲ ਐਪਲੀਕੇਸ਼ਨ ਤੁਸੀਂ ਇੰਸਟਾਲ ਕਰ ਲਓ ਤੁਹਾਨੂੰ ਇੱਥੇ ਜਿਹੜਾ ਹੈਗਾ ਉਹ ਕোর্স ਮਿਲੂਗਾ ਸਟੋਰ ਦੇ ਵਿੱਚ ਜਾ ਕੇ ਉੱਥੇ ਪਿਆ ਹੋਊਗਾ ਮੈਥ ਲਾਈਵ ਕੋਰਸ ਮੈਥ ਲਾਈਵ ਕੋਰਸ ਠੀਕ ਹੈ ਐਂਡ ਲਾਈਵ ਕੋਰਸ ਇੰਨਾ ਕੁ ਜਿਆਦਾ ਮਹੱਤਵਪੂਰਨ ਇੰਨਾ ਜਿਆਦਾ ਵਧੀਆ ਹੋਊਗਾ ਬਲੀਫ ਮੀ ਕਿ ਤੁਸੀਂ ਆਸ਼ਾਸ਼ ਕਰ ਉਠੋ ਵੀ ਐਸਾ ਮੈਥ ਕਦੀ ਕੀਤਾ ਹੀ ਨਹੀਂ ਰਾਈਟ ਐਂਡ ਡੈਮੋ ਵਗੈਰਾ ਦੀ ਗੱਲ ਨਾ ਕਰੋ ਕਿਉਂਕਿ ਡੈਮੋ ਮੇਰੇ YouTube ਤੇ ਪਤਾ ਨਹੀਂ ਕਿੰਨੀਆਂ ਵੀਡੀਓਜ਼ ਪਈਆਂ ਜਾ ਕੇ ਦੇਖ ਲਓ ਪੁਰਾਣੇ ਪੇਪਰ ਮੈਂ ਸੋਲਵ ਕਰਵਾ ਰੱਖਿਆ ਜਿੰਨੀ ਫਾਸਟ ਮੈਂ ਕਰਵਾ ਰੱਖਿਆ ਉਹ ਤਾਂ ਚਲੋ ਮੈਂ ਮੈਥ ਸੋਲਵ ਕਰ ਰਿਹਾ ਪਰ ਜਦੋਂ ਆਪਾਂ ਸਮਝਾਂਗੇ ਪੂਰੀ ਡਿਟੇਲ ਦੇ ਵਿੱਚ ਕਰਾਂਗੇ ਪੂਰਾ ਸਾਰਾ ਕੁਝ ਕਰਨਾ ਹੀ ਕਰਨਾ ਰਾਈਟ ਮਾਈਥ ਮੈਥ ਦਾ ਜਿਹੜਾ ਲਾਈਵ ਕੋਰਸ ਹੋ ਗਿਆ ਰੇਸ ਅਕੈਡਮੀ ਅਫੀਸ਼ਲ ਤੇ ਬਾਕੀ ਨੰਬਰ ਤੁਹਾਨੂੰ ਮੈਂ ਦੱਸਦਾ ਜੇਕਰ ਤੁਹਾਡੇ ਕੋਲੇ iOS ਹੈ ਯਾਨੀ ਆਈਫੋਨ ਥੋੜੇ ਜਿਹਾ ਅਮੀਰ ਹੋ ਤੁਸੀਂ ਤਾਂ ਕਲਾਸ ਪਲੱਸ ਇੰਸ ਕਲਾਸ ਪਲੱਸ ਇੰਸਟਾਲ ਕਰਨੀ ਹੈ ਐਂਡ ਆਰਗੇਨਾਈਜੇਸ਼ਨ ਕੋਡ ਯੂਜ਼ ਕਰ ਸਕਦੇ ਹੋ ਐਮ ਐਚ ਡਬਲਯੂ ਆਈ ਐਚ ਰਾਈਟ ਐਸੋ ਇਹ ਤੁਸੀਂ ਜੇਕਰ ਯੂਜ਼ ਕਰੋਗੇ ਤਾਂ ਤੁਹਾਨੂੰ ਆ ਜਾਣਾ ਬਾਕੀ ਮੈਂ ਆਫਲਾਈਨ ਦਾ ਤੁਹਾਨੂੰ ਐਡਰੈਸ ਦੱਸ ਦਿੰਨਾ ਜੇਕਰ ਤੁਸੀਂ ਐਡਰੈਸ ਜਾਣਨਾ ਚਾਹੋ ਤਾਂ ਮੈਂ ਐਡਰੈਸ ਵੀ ਤੁਹਾਡੇ ਨਾਲ ਸ਼ੇਅਰ ਕਰ ਦਿੰਨਾ ਰਾਈਟ ਅਤੇ ਆਹ ਆਪਣਾ ਐਡਰੈਸ ਆ ਬੇਸਿਕਲੀ ਇੱਕ ਜਿਆਦਾ ਹੀ ਆ ਗਈ ਠੀਕ ਹੈ ਸੋ ਇਥੇ ਤੁਸੀਂ ਆਓ 21 ਨੰਬਰ ਗਲੀ 140 ਰੋਡ ਕੋੜਾ ਚੌਕ ਤੇ ਆਹ ਕੰਟੈਕਟ ਨੰਬਰ ਆ ਤੁਸੀਂ ਕੰਟੈਕਟ ਕਰ ਸਕਦੇ ਹੋ ਬਾਕੀ ਲਾਈਵ ਕੋਰਸ ਦੇ ਵਿੱਚ ਕਿਵੇਂ ਕਿਵੇਂ ਸਾਰਾ ਸਟਰਕਚਰ ਹੋਊਗਾ ਉਹ ਮੰਡੇ ਨੂੰ ਤੁਹਾਨੂੰ ਪਤਾ ਲੱਗ ਜਾਣਾ ਯਾਨੀ ਮੰਡੇ ਤੋਂ ਕਲਾਸਾਂ ਸਟਾਰਟ ਹੈ ਤੇ ਪਰਚੇਸ ਕਰ ਲਓ ਓਬਵੀਅਸ ਗੱਲ ਆ ਕਿਉਂਕਿ ਫੀਸ ਤਾਂ ਲੈਣੀ ਹੀ ਲੈਣੀ ਆ ਰਾਈਟ ਓਬਵੀਅਸ ਗੱਲ ਆ ਜੇਕਰ ਪਰਚੇਜ ਜਿਵੇਂ ਕਹਿੰਦੇ ਹੁੰਦੇ ਨੇ ਵੀ ਪੜ੍ਹਾਈ ਮੁਫਤ ਵਾਲੀ ਉਹ ਫਿਰ ਮੁਫਤ ਵਾਲੀ ਪੜ੍ਹਾਈ ਹੁੰਦੀ ਆ ਹਾਲਾਂਕਿ ਮੈਂ ਇਹ ਨਹੀਂ ਕਹਿੰਦਾ ਕਿ ਉਵੇਂ ਪ੍ਰੋਵਾਈਡ ਕਰਨਾ ਨਹੀਂ ਚਾਹੀਦਾ YouTube ਤੇ ਉਵੇਂ ਪ੍ਰੋਵਾਈਡ ਕੀਤਾ ਹੋਇਆ ਬਟ ਇੱਕ ਕੋਰਸ ਆਏ ਮਨੋ ਵੀ ਤੁਹਾਡਾ ਜ਼ਿੰਦਗੀ ਤੁਹਾਡੀ ਬਦਲ ਸਕਦਾ ਹੈਗਾ ਮਿਹਨਤ ਲੱਗਦੀ ਆ ਆਬਵੀਅਸ ਗੱਲ ਆ ਥੱਲੇ ਜੇਕਰ 25 ਜਣੇ ਕੰਮ ਕਰਦੇ ਤਾਂ 25 ਜਣਾਂ ਨੂੰ ਮੈਂ ਇਹ ਨਹੀਂ ਕਹਿ ਸਕਦਾ ਕਿ ਤੁਹਾਨੂੰ ਤਨਖਾਹ ਨਹੀਂ ਮਿਲਣੀ ਕਿਉਂਕਿ ਮੈਂ ਫ੍ਰੀ ਪੜਾਉਣਾ ਰਾਈਟ ਅਸੋ ਹਰ ਇੱਕ ਦੀ ਆਪਣੀ ਆਪਣੀ ਇੱਕ ਜ਼ਿੰਮੇਵਾਰੀ ਬਣਦੀ ਆ ਆਬਵੀਅਸ ਗੱਲ ਆ ਸਰ ਵੀ ਤੁਹਾਨੂੰ ਆਪਣੇ ਬਾਰੇ ਦੱਸਣਗੇ ਜਲਦੀ ਜਲਦੀ ਬਾਕੀ ਮੈਂ ਕੋਰਸ ਦੀ ਡਿਟੇਲ ਹਾਂਜੀ ਸਾਰਿਆਂ ਨੂੰ ਜੀ ਆਇਆਂ ਨੂੰ ਮੇਰੇ ਵੱਲੋਂ ਰੇਸ ਅਕੈਡਮੀ ਅਫੀਸ਼ੀਅਲ ਤੇ ਜਿੱਦਾਂ ਸਰ ਨੇ ਇੰਟਰੋਡਿਊਸ ਕਰਤਾ ਹੈ ਕਿ ਮੇਰਾ ਨਾਮ ਹਰਸ਼ ਹੈ ਤੇ ਮੈਂ 16 ਤੋਂ 2016 ਤੋਂ SSC ਜਲਦੀ ਤਿਆਰੀ ਕਰ ਰਿਹਾ ਤੇ 16 ਤੋਂ ਹੀ ਕੁਆਲੀਫਾਈ ਵੀ ਕਰ ਰਿਹਾ 16 ਤੋਂ 20 ਤੱਕ ਲੈ ਕੇ ਮੈਂ ਹਰ ਵਾਰੀ ਕਿ ਜੋ ਵੀ ਸਿਲੈਕਟ ਹੋਇਆ ਤੇ ਤੁਹਾਨੂੰ ਇੱਕ ਜਿੱਦਾਂ ਸਰ ਨੇ ਕਿਹਾ ਕਿ ਮੈਂ ਮੈਥ ਲਾਈਵ ਕੋਰਸ ਲਾਂਚ ਕਰਨ ਜਾ ਰਿਹਾ ਜਿੱਦਾਂ ਸਾਰਿਆਂ ਨੂੰ ਪਤਾ ਹੈ ਕਿ ਮੈਥ ਇੱਕ ਬਹੁਤ ਵੱਡਾ ਪਾਰਟ ਰੋਲ ਕਰਦਾ ਆਪਣੇ ਸਾਰੇ ਐਗਜ਼ਾਮ ਚ ਤੇ ਲਾਈਫ ਚ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਲਾਈਫ ਵੀ ਇੱਕ ਐਗਜ਼ਾਮ ਹੀ ਹੈ ਮੈਥ ਤਾਂ ਫਿਰ ਯੂਜ਼ ਹੋਗਾ ਹੀ ਹੋਗਾ ਕੈਲਕੂਲੇਸ਼ਨ ਹੈ ਆਪਦੀ ਤੇਜ਼ ਰੱਖਣੀ ਹੈ ਤੇ ਮੇਨ ਫਾਰਮੂਲੇਸ ਨੇ ਫਾਰਮੂਲੇਸ ਵੀ ਨੇ ਕਨਸੈਪਟ ਵੀ ਨੇ ਸ਼ਾਰਟ ਟ੍ਰਿਕ ਵੀ ਨੇ ਸਾਰੀ ਚੀਜ਼ ਆਪਾਂ ਮਿਲ ਕੇ ਕਰਾਂਗੇ ਕੋਈ ਇੰਨੀ ਕੋਈ ਵੱਡੀ ਚੀਜ਼ ਨਹੀਂ ਹੈਗੀ ਮੈਥ ਨੂੰ ਆਪਾਂ ਜਿੱਦਾਂ ਸਰਨੇਦਾਰਾ ਦੱਸਤਾ ਹੈ ਅਰਿਥਮੈਟਿਕ ਤੇ ਐਡਵਾਂਸ ਅਰਿਥਮੈਟਿਕ ਸਰਪੜਾ ਹੋਣਗੇ ਐਡਵਾਂਸ ਮੈਂ ਪੜਾਉਂਗਾ ਜਿਦਾਂ ਨਾਲ ਟਾਈਮ 'ਚ ਐਡਵਾਂਸ ਦੇ ਹਰ ਟੌਪਿਕ ਆ ਰਿਹਾ ਤੁਹਾਨੂੰ ਮੈਂ ਅਚ ਸਿਰਫ ਅਰਿਥਮੈਟਿਕ ਨਾਲ ਕੰਮ ਨਹੀਂ ਚੱਲੂਗਾ ਐਡਵਾਂਸ ਵੀ ਆ ਰਿਹਾ ਹੈ ਮੈਂਸੂਰੇਸ਼ਨ ਟ੍ਰਿਗਨੋਮੈਟਰੀ ਅਲਜਬਰਾ ਇਹ ਟੌਪਿਕ ਐਡਵਾਂਸ 'ਚ ਆ ਜਾਂਦੇ ਆ ਇਹਨੂੰ ਟ੍ਰਿਕ ਨਾਲ ਵੀ ਕਰਾਂ ਨਾਮ ਤੋਂ ਡਰਨ ਦਾ ਲੋੜ ਹੈ ਨਹੀਂ ਕਿ ਜਿੱਦਾਂ ਨਾਮ ਹੋ ਗਿਆ ਮੈਨਸੂਰੇਸ਼ਨ ਟ੍ਰਿਗਨੋਮੈਟਰੀ ਲੈਣੇ ਔਖੇ ਆ ਪਰ ਕਰਨੇ ਬਹੁਤ ਸੌਖੇ ਆ ਆਪਾਂ ਮਿਲ ਕੇ ਸਾਰੀ ਚੀਜ਼ਾਂ ਕਰ ਲਾਂਗੇ ਬਾਕੀ ਡਿਟੇਲ ਸਾਰੀ ਕੋਰਸ ਦੇ ਤੁਹਾਨੂੰ ਸਾਰੇ ਨਿਰਦਾਸ਼ੀ ਦਿੱਤੀ ਕਿ ਕਦੋਂ ਲਾਂਚ ਕਰ ਰਹੇ ਆ ਧੀਰੇ ਧੀਰੇ ਤੁਹਾਨੂੰ ਸਾਰੇ ਅਪਡੇਟ ਵੀ ਕਰਦੇ ਰਾਂਗੇ ਜਲਦੀ ਤੁਹਾਡੇ ਲਈ ਲੈ ਕੇ ਆ ਰਹੇ ਹਾਂ ਜੀ ਬਾਕੀ ਗੱਲ ਫਿਰ ਉਹੀ ਆ ਕਿ ਅਸੀਂ ਦੋਨਾਂ ਨੇ ਪ੍ਰੈਪ ਕਰ ਪੇਪਰ ਕ੍ਰੈਕ ਕਰ ਰੱਖਿਆ ਸੋ ਕਾਰਨ ਉਹਦਾ ਕੀ ਹੈ ਸਿਰਫ ਇੱਕੋ ਇੱਕ ਹੈ ਕਿ ਭਾਈ ਅਸੀਂ ਜੇਕਰ ਉਸ ਤਰੀਕੇ ਦੇ ਨਾਲ ਪ੍ਰੈਪਰੇਸ਼ਨ ਕੀਤੀ ਹੋਈ ਹੈ ਤੁਹਾਡੇ ਚੋਂ ਕਮੀ ਹੋ ਸਕਦੀ ਹੈ ਰਾਈਟ ਹੈ ਉਸੇ ਕਮੀ ਨੂੰ ਆਪਾਂ ਦੂਰ ਕਰਨੀ ਹੈ ਬਸ ਗੱਲ ਖਤਮ ਹੈ ਆਫਲਾਈਨ ਦੇ ਵਿੱਚ ਆਉਣਾ ਤੁਹਾਨੂੰ ਮੈਂ ਦੱਸਦਾ ਕਿ ਆਪਣੀ ਡਿਟੇਲ ਭੇਜੋ ਫਿਰ ਉਸ ਤਰੀਕੇ ਦੇ ਨਾਲ ਆਪਾਂ ਦੇਖਾਂਗੇ ਕਿ ਟਾਈਮਿੰਗ ਮਾਰਨਿੰਗ ਦੀ ਕਰਨੀ ਹੈ ਜਾਂ ਈਵਨਿੰਗ ਦੀ ਕਰਨੀ ਹੈ ਕਿੰਨੇ ਕੁ ਬੱਚੇ ਹੁੰਦੇ ਕੀ ਗੱਲਬਾਤ ਹੈ ਤੇ ਬਾਕੀ ਜੇਕਰ ਘਰੇ ਬੈਠ ਕੇ ਤਿਆਰੀ ਕਰਨੀ ਹੈ ਤਾਂ ਲਾਈਵ ਕੋਰਸ ਜਿਹੜਾ ਹੈਗਾ ਮੈਂ ਐਲਾਨ ਕਰਤਾ ਇਸ ਨੂੰ ਜੁਆਇਨ ਕਰੋ ਐਪਲੀਕੇਸ਼ਨ ਇੰਸਟਾਲ ਕਰੋ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਕਿ ਹੋਰ ਵੀ ਆਪਣੇ ਕੋਲ ਜਿੰਨੇ ਜੇਕਰ ਕੋਈ ਤੁਸੀਂ ਕੋਈ ਇੱਕ ਅੱਗੇ ਦੇਖਣੀ ਹੋਈ ਤਾਂ ਮੈਂ ਜ਼ਰੂਰ ਉਹਨੂੰ YouTube ਤੇ ਕੁਝ ਨਾ ਕੁਝ ਸਰ ਪ੍ਰੈਕਟਿਸ MCQ ਯਾਨੀ ਕਿ ਲੈ ਕੇ ਆਉਣਗੇ ਜੇ ਮੈਂ ਤਾਂ ਲੈ ਕੇ ਆਉਣਾ ਹੀ ਆਣਾ ਓਬਵੀਅਸ ਗੱਲ ਹੈ ਭਾਵੇਂ ਮੇਰਾ GS ਦਾ ਪੋਰਸ਼ਨ ਦੇਖ ਲੋ ਚਾਹੇ ਮੈਥ ਦਾ ਸਰ ਦਾ ਮੈਂ ਜੋ ਮੈਥ ਦਾ ਪੋਰਸ਼ਨ ਹੈ ਯਾਨੀ ਪ੍ਰੈਕਟਿਸ MCQ ਜਾਂ ਕੁਝ ਕੁਐਸਚਨ ਲੈ ਕੇ ਤੁਹਾਨੂੰ ਪਤਾ ਲੱਗ ਜਾਣਾ ਕਿ ਕਿਸ ਤਰੀਕੇ ਦੇ ਨਾਲ ਮੈਥ ਸੋਲਵ ਹੁੰਦਾ ਹੈਗਾ ਮੈਥ ਤੁਹਾਡੇ ਹੱਥਾਂ ਦੇ ਵਿੱਚ ਖੇਡੂਗਾ ਇੰਨੀ ਮੇਰੀ ਗਰੰਟੀ ਹੈ ਪਰ ਕਰਨ ਓਵੇਂ ਪਊਗਾ ਜਿਵੇਂ ਅਸੀਂ ਕਰਾਵਾਂਗੇ ਕਿਉਂਕਿ ਅਸੀਂ ਖੁਦ ਇਸ ਮੈਥ ਦੇ ਨਾਲ ਲੜੇ ਹੋਏ ਹਾਂ ਰਾਈਟ ਬਾਕੀ ਇਹ ਪੰਜਾਬ ਐਗਜ਼ਾਮ ਇਸ ਕਰਕੇ ਲਿਖਦਾ ਕਿਉਂਕਿ ਪੰਜਾਬੀ ਬੋਲੀ ਹੈ ਹੰਦਾ ਤਾਂ ਕੋਈ ਬਿਹਾਰ ਯੂਪੀ ਦਾ ਆ ਕੇ ਪੰਜਾਬੀ ਸਮਝ ਨਹੀਂ ਸਕਦਾ ਇਸ ਕਰਕੇ ਮੈਨੂੰ ਆਲ ਪੰਜਾਬ एग्जाम ਲਿਖਣਾ ਪਿਆ ਹਾਲਾਂਕਿ ਭਾਵੇਂ ਤੁਸੀਂ ਸੀਜੀਐਲ ਦੇ ਵਿੱਚ ਬੈਠ ਜਾਓ ਚਾਹੇ ਤੁਸੀਂ ਕਿਸੇ ਸੈਂਟਰਲ एग्जाम ਦੇ ਕਿਸੇ ਵੀ ਪੇਪਰ ਦੇ ਵਿੱਚ ਬੈਠ ਜਾਓ ਜਿਹਦੇ ਵਿੱਚ ਮੈਥ ਆਉਂਦਾਗਾ ਤੁਹਾਨੂੰ ਐਂ ਕਹਿ ਲਓ ਵੀ ਮੈਂ ਥੋ ਤੁਹਾਡਾ ਸੋਲਵ ਹੋ ਜਾਣਾ ਹੈ ਰਾਈਟ ਬਸ ਹਾਂ ਇੱਕੋ ਇੱਕ ਜਿਹੜੀ ਚੀਜ਼ ਆ ਆਪਣੀ ਯੂਐਸਪੀ ਉਹ ਕੀ ਆ ਪ੍ਰੈਕਟਿਸ 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 ਤੇ ਉਹਦੇ ਵਿੱਚ ਆਪਾਂ ਕਮ ਨਹੀਂ ਛੱਡਾਂਗੇ ਤੇ ਤੁਸੀਂ ਕਮ ਨਹੀਂ ਛੱਡੋਗੇ ਤਾਂ ਆਬਵੀਅਸ ਗੱਲ ਆ ਤੁਸੀਂ 100% ਮਾਰਕਸ ਲੈ ਸਕਦੇ ਹੋ ਬਾਕੀ ਜਿੰਨੇ ਕੌਨਫੀਡੈਂਸ ਨਾਲ ਮੈਂ ਬੋਲ ਰਿਹਾ ਤੁਹਾਨੂੰ ਆਪਣੇ ਆਪ ਹੀ ਇੱਕ ਆਈਡੀਆ ਹੋ ਗਿਆ ਹੋਣਾ ਬਾਕੀ ਤੁਸੀਂ ਪੁਰਾਣੇ ਸੈਸ਼ਨ ਜਰੂਰ ਦੇਖੋ ਪਲੇਲਿਸਟ ਦੇ ਵਿੱਚ ਜਾ ਕੇ ਜਿੰਨੇ ਵੀ ਮੇਰੇ ਪੇਪਰ ਸੋਲਵ ਕਰਵਾਏ ਹੋਇਆ ਕਿਵੇਂ ਉਹ ਪੇਪਰ ਸੋਲਵ ਕਰਨੇ ਚਾਹੀਦੇ ਕੀ ਉਹਨਾਂ ਦਾ ਮੈਥਡ ਆ ਤੁਹਾਨੂੰ ਆਪਣੇ ਆਪ ਇਹ ਚੀਜ਼ ਪੱਲੇ ਪੈ ਜਾਣੀ ਆ ਰ ਜੋ ਮਿਲ ਰਹੇ ਹਾਂਗੇ ਇਸੇ ਤਰੀਕੇ ਦੇ ਨਾਲ ਬਾਏ ਬਾਏ ਟੇਕ ਕੇਅਰ